ਪੰਜਾਬ 'ਚ ਬਦਮਾਸ਼ ਇਸ ਕਦਰ ਬੇਖੌਫ ਨੇ ਹੁਣ ਉਹਨਾਂ ਦੇ ਮਨਾਂ ਵਿੱਚ ਵਰਦੀ ਦਾ ਡਰ ਪੂਰੇ ਤਰੀਕੇ ਨਾਲ ਨਿਕਲ ਚੁੱਕਾ ਹੈ। ਕਾਨੂੰਨ ਦੀਆਂ ਬੇੜੀਆਂ ਤੋਂ ਬੇਖਬਰ ਹੋਣ ਲੱਗੇ ਨੇ, ਹੁਣ ਉਹ ਪੁਲਿਸ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਨਹੀਂ ਝਿਜਕਦੇ। ਏਐਸਆਈ ਸੁਰਿੰਦਰ ਸਿੰਘ ਹੁਣ ਸਿਰਫ ਤਸਵੀਰ ਤੱਕ ਮਹਿਦੂਦ ਹੈ, ਜਿਸ ਨੇ ਆਪਣੇ ਫਰਜ਼ ਦੀ ਖਾਤਰ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ। ਜਾਣਕਾਰੀ ਦੇ ਮੁਤਾਬਕ ਕਪੂਰਥਲਾ 'ਚ ਦੋ ਕੁੜੀਆਂ ਨੂੰ ਤਿੰਨ ਕਾਰ ਸਵਾਰ ਲੁਟੇਰੇ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦੀ ਪੂਰੇ ਏਰੀਏ ਦੇ ਵਿੱਚ ਸੂਚਨਾ ਦਿੱਤੀ ਗਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਸੁਰਿੰਦਰ ਸਿੰਘ ਨੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ 'ਤੇ ਸੁਬਾਨਪੁਰ ਚੌਕ 'ਤੇ ਨਾਕਾ ਲਾ ਕੇ ਤਿੰਨੇ ਕਾਰ ਸਵਾਰ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਲੁਟੇਰਿਆਂ ਨੇ ਕਾਰ ਰੋਕਣ ਦੀ ਬਜਾਏ ਸੁਰਿੰਦਰ ਸਿੰਘ 'ਤੇ ਚੜਾ ਦਿੱਤੀ, ਜਿਸ ਨਾਲ ਮੌਕੇ 'ਤੇ ਉਸ ਦੀ ਮੌਤ ਹੋ ਗਈ। ਹਾਦਸੇ ਵਿੱਚ ਇਸ ਤਰ੍ਹਾਂ ਹੋਈ ਸੁਰਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। ਵਾਇਰਲੈਸ ਗਈ ਹੈਗੀ ਹੈ ਥਾਣੇ ਤੋਂ, ਬੇਗਵਾਲ ਤੋਂ, ਇੱਕ ਲੁੱਟ ਖੋਹ ਵਾਲੇ ਬੰਦੇ ਲੁੱਟ ਖੋਹ ਕਰਕੇ ਅਤੇ ਸੁਭਾਸ਼ਪੁਰ ਨੂੰ ਗਏ ਨੇ, ਅਤੇ ਇਹਨਾਂ ਨੇ ਉੱਥੇ ਇਹਨਾਂ ਨੂੰ ਮਤਲਬ ਕਾਲ ਕੀਤੀ ਕਿਸੇ ਨੇ, ਅਤੇ ਇਹਨਾਂ ਨੇ ਉੱਥੇ ਜਾ ਕੇ ਗੱਡੀ ਮਤਲਬ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਹਨਾਂ ਨੇ ਗੱਡੀ ਰੋਕੀ ਨਹੀਂ ਹੈਗੀ, ਅਤੇ ਇਹਨਾਂ ਦੇ ਉੱਪਰੋਂ ਮਤਲਬ ਗੱਡੀ ਕਾਲ ਕੇ ਲੰਘੇ। ਇਸ ਹਾਦਸੇ 'ਚ ਸੁਰਿੰਦਰ ਸਿੰਘ ਦੇ ਸਾਥੀ ਵੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਕਾਰ ਵੀ ਜ਼ਬਤ ਕਰ ਲਈ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। SHO ਸੁਬਾਨਪੁਰ ਅਤੇ ਬਾਕੀ ਫੋਰਸ ਲਾ ਕੇ ਅੱਗੇ ਜਾ ਕੇ ਘੇਰਾ ਪਾ ਕੇ ਪਿੰਡ 'ਚੋਂ ਉਹਨਾਂ ਨੂੰ ਰਾਉਂਡਅਪ ਕੀਤਾ ਅਤੇ ਅੱਗੇ ਫਰਦਰ ਪੁੱਛਗਿੱਛ ਚੱਲ ਰਹੀ ਹੈ। ਬੇਸ਼ੱਕ ਪੁਲਿਸ ਨੇ ਤਿੰਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਪਰ ਜਿਸ ਤਰ੍ਹਾਂ ਲੁਟੇਰਿਆਂ ਨੇ ਬੇਖੌਫ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਹ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਬਦਮਾਸ਼ਾਂ ਦੇ ਹੌਸਲੇ ਬੁਲੰਦ ਨੇ ਅਤੇ ਹੁਣ ਉਹ ਪੁਲਿਸ ਵਾਲਿਆਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਝਿਜਕਦੇ। ਸੰਦੀਪ ਅਬਰਾਏ, ਜ਼ੀ ਮੀਡੀਆ, ਕਪੂਰਥਲਾ।